ਮਿਹਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮਿਹਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮਿਹਰ ਨਹੀਂ ਉੱਥੇ ਦੁੱਖ ਹੀ ਦੁੱਖ। ਸਦਾ ਨਾਮ ਜਪੋ ਗੁਰੂ ਨਾਨਕ ਦਾ, ਸਦਾ ਨਾਮ ਜਪੋ ਗੁਰੂ ਨਾਨਕ ਦਾ। ਤੁਹਾਨੂੰ ਮਿਲਣਗੇ ਲੋਕ ਪਰਲੋਕ ਦੇ ਸੁੱਖ, ਜਿੱਥੇ ਮਿਹਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮਿਹਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮਿਹਰ ਨਹੀਂ ਉੱਥੇ ਦੁੱਖ ਹੀ ਦੁੱਖ। ਸਦਾ ਨਾਮ ਜਪੋ ਗੁਰੂ ਨਾਨਕ ਦਾ, ਸਦਾ ਨਾਮ ਜਪੋ ਗੁਰੂ ਨਾਨਕ ਦਾ। ਤੁਹਾਨੂੰ ਮਿਲਣਗੇ ਲੋਕ ਪਰਲੋਕ ਦੇ ਸੁੱਖ, ਜਿੱਥੇ ਮਿਹਰ ਤੇਰੀ ਉੱਥੇ ਸਦਾ ਖੁਸ਼ੀਆਂ। ਤੇਰੀ ਨਦਰ ਪਈ ਠੱਗੋਂ ਸੰਤ ਹੋਏ, ਪਾਤਸ਼ਾਹ ਹੋਏ ਜੋ ਕੰਗਲੇ ਸਨ। ਤੇਰੀ ਨਦਰ ਪਈ ਠੱਗੋਂ ਸੰਤ ਹੋਏ, ਪਾਤਸ਼ਾਹ ਹੋਏ ਜੋ ਕੰਗਲੇ ਸਨ। ਕੋਹੜੀ ਅਰੋਗ ਹੋਇਆ ਚਰਨਾਂ ਦੇ ਵਿੱਚ, ਜਿੱਥੇ ਮਿਹਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮਿਹਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮਿਹਰ ਨਹੀਂ ਉੱਥੇ ਦੁੱਖ ਹੀ ਦੁੱਖ, ਜਿੱਥੇ ਮਿਹਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮਿਹਰ ਤੇਰੀ ਉੱਥੇ ਸਦਾ ਖੁਸ਼ੀਆਂ। ਗੁਰੂ ਨਾਨਕ ਦੀ ਨਜ਼ਰ ਵਿੱਚ ਲੋਕ ਪਰਲੋਕ ਦੇ ਸੁੱਖ ਹਨ, ਜਿਨ੍ਹਾਂ ਉੱਪਰ ਨਜ਼ਰ ਕਰ ਦਿੱਤੀ ਭਿਖਾਰੀ ਤੇ ਰਾਜ ਕਰਾਵੇ, ਜਿਹਦੇ ਉੱਪਰ ਨਜ਼ਰ ਆਪਦੀ ਹੋ ਗਈ ਉਹ ਨਿਹਾਲੋ ਨਿਹਾਲ ਹੋ ਗਿਆ। ਜੇ ਕੌੜੇ ਰਿੱਠੇ ਤੇ ਨਜ਼ਰ ਪੈ ਗਈ ਤਾਂ ਕੌੜਾ ਰੀਠਾ ਸ਼ੁਹਾਰੇ ਵਰਗਾ ਮਿੱਠਾ ਹੋ ਗਿਆ। ਜੇ ਸੱਜਣ ਠੱਗ ਤੇ ਨਜ਼ਰ ਪੈ ਗਈ ਤੇਰੀ ਤਾਂ ਸੱਜਣ ਠੱਗ ਨਹੀਂ ਰਿਹਾ,
ਹੁਣ ਸੰਤ ਬਣ ਗਿਆ, ਸਾਸ ਗ੍ਰਾਸ ਸਿਮਰਨ ਕਰਨ ਵਾਲਾ ਹੋ ਗਿਆ ਤੇਰੀ ਨਦਰ ਦੇ। ਤੇਰੀ ਨਦਰ ਪੈ ਗਈ ਇੱਕ ਕੋੜੀ ਦੇ ਉੱਪਰ ਤੇ ਉਹਦੇ ਤਨ ਦਾ ਰੋਗੀ ਨਹੀਂ ਦੂਰ ਹੋਇਆ, ਉਹਨੂੰ ਮਨੋ ਵੀ ਅਰੋਗ ਕਰ ਦਿੱਤਾ। ਹੇ ਗੁਰੂ ਨਾਨਕ, ਤੇਰੀ ਨਦਰ ਵਿੱਚ ਅੰਮ੍ਰਿਤ ਹੈ। ਜਿਹਦੇ ਵੱਲ ਗੁਰੂ ਨਾਨਕ ਨੇ ਵੇਖ ਲਿਆ ਉਹਦੇ ਤੇ ਮਿਹਰਾਂ ਦਾ ਮੀਂਹ ਵਸ ਗਿਆ। ਇਸ ਲਈ ਜਿੱਥੇ ਮਿਹਰ ਤੇਰੀ, ਜਿੱਥੇ ਮਿਹਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮਿਹਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮਿਹਰ ਨਹੀਂ ਉੱਥੇ ਦੁੱਖ ਹੀ ਦੁੱਖ। ਸਦਾ ਨਾਮ ਜਪੋ ਗੁਰੂ ਨਾਨਕ ਦਾ, ਸਦਾ ਨਾਮ ਜਪੋ ਗੁਰੂ ਨਾਨਕ ਦਾ। ਤੁਹਾਨੂੰ ਮਿਲਣਗੇ ਲੋਕ ਪਰਲੋਕ ਦੇ ਸੁੱਖ, ਜਿੱਥੇ ਮਿਹਰ ਤੇਰੀ ਉੱਥੇ ਸਦਾ ਖੁਸ਼ੀਆਂ। ਮੇਰੇ ਸਤਿਗੁਰ ਦਾ ਫੁਰਮਾਨ ਹੈ, ਉਹੀ ਖਾਲਸਾ ਸਿੰਘ ਸੁਜਾਨ ਹੈ। ਮੇਰੇ ਸਤਿਗੁਰ ਦਾ ਫੁਰਮਾਨ ਹੈ, ਉਹੀ ਖਾਲਸਾ ਸਿੰਘ ਸੁਜਾਨ ਹੈ। ਅੰਮ੍ਰਿਤ ਛਕ ਬਾਣੀ ਪੜਦਾ ਜੋ, ਅੰਮ੍ਰਿਤ ਛਕ ਬਾਣੀ ਪੜਦਾ ਜੋ, ਹਰ ਦਮ ਰਹਿੰਦਾ ਆਤਮ ਰਸ ਵਿੱਚ। ਜਿੱਥੇ ਮਿਹਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮਿਹਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮਿਹਰ ਨਹੀਂ ਉੱਥੇ ਦੁੱਖ ਹੀ ਦੁੱਖ। ਸਦਾ ਨਾਮ ਜਪੋ ਗੁਰੂ ਨਾਨਕ ਦਾ, ਤੁਹਾਨੂੰ ਮਿਲਣਗੇ ਲੋਕ ਪਰਲੋਕ ਦੇ ਸੁੱਖ, ਜਿੱਥੇ ਮਿਹਰ ਤੇਰੀ ਉੱਥੇ ਸਦਾ ਖੁਸ਼ੀਆਂ। ਯਾਦ ਰਹੇ ਉਹ ਭਗਤ ਬਣੇ, ਜਿਹਨੂੰ ਭੁੱਲ ਜਾਵੇ ਉਹ ਜਗਤ ਬਣੇ। ਜਿਹਨੂੰ ਯਾਦ ਰਹੇ ਉਹ ਭਗਤ ਬਣੇ, ਜਿਹਨੂੰ ਭੁੱਲ ਜਾਵੇ ਉਹ ਜਗਤ ਬਣੇ। ਜਿਹਦੇ ਹਿਰਦੇ ਵਸ ਜਾਏ ਸੰਤ ਬਣੇ, ਜਿੱਦੇ ਹਿਰਦੇ ਵਸ ਜਾਏ ਉਹ ਸੰਤ ਬਣੇ। ਜਿੱਥੇ ਨਹੀਂ ਸਿਮਰਨ, ਜਿੱਥੇ ਨਹੀਂ ਸਿਮਰਨ
ਉੱਥੇ ਭੁੱਖ ਹੀ ਭੁੱਖ, ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮੇਰ ਨਹੀਂ ਉੱਥੇ ਦੁੱਖ ਹੀ ਦੁੱਖ, ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀ। ਕਰ ਮਾੜੀਆਂ ਕੰਮਾਂ ਤੋਂ ਕੀ ਲੈਣਾ, ਝੂਠਿਆਂ ਧੰਦਿਆਂ ਤੋਂ ਤੋਬਾ ਕਰ ਮਾੜੀਆਂ ਕੰਮਾਂ ਤੋਂ ਕੀ ਲੈਣਾ, ਝੂਠਿਆਂ ਧੰਦਿਆਂ ਤੋਂ ਹੋਏ ਸਦਾ ਸੁਖੀ, ਜਿਨ੍ਹਾਂ ਨਾਮ ਜਪਿਆ ਹੋਏ ਸਦਾ ਸੁਖੀ, ਜਿਨ੍ਹਾਂ ਨਾਮ ਜਪਿਆ ਤਰ ਜਾਣ ਕੇ ਰਹਿੰਦਿਆਂ ਗ੍ਰਸਤ ਦੇ ਵਿੱਚ, ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮੇਰ ਨਹੀਂ ਉੱਥੇ ਦੁੱਖ ਹੀ ਦੁੱਖ, ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀਆਂ। ਮਾਨਸ ਦੇਹੀ ਪਾਈਏ ਬਿਨਾ ਨਾਮ ਦੇ ਉਮਰ ਗਵਾਈਏ, ਜਿੰਨਾ ਮਾਨਸ ਦੇਹੀ ਪਾਈਏ ਬਿਨਾ ਨਾਮ ਦੇ ਉਮਰ ਗਵਾਈਏ, ਸਿਮਰਨ ਬਿਨ ਸੁਣੀ ਦੇਹੇ ਫਿਰੇ, ਸਿਮਰਨ ਬਿਨ ਸੁਣੀ ਦੇਹੇ ਫਿਰੇ, ਉਹਨਾਂ ਹਿਰਦੇ ਸਦਾ ਹਨੇਰ ਹੀ ਕੁੱਪ, ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮੇਰ ਨਹੀਂ ਉੱਥੇ ਦੁੱਖ ਹੀ ਦੁੱਖ, ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀਆਂ। ਦੁਨੀਆਂ ਦੇ ਸੁੱਖ ਪ੍ਰਾਪਤ ਹੋ ਜਾਣੇ, ਪਦਾਰਥ ਮਿਲ ਜਾਣੇ, ਇਹ ਵੀ ਉਹਦੀ ਬਖਸ਼ਿਸ਼ ਹੈ।
ਬਿਨਾਂ ਪੁੰਨਾਂ ਤੋਂ ਸੁੱਖ ਵੀ ਨਹੀਂ ਮਿਲਦੇ, ਪਰ ਇੱਕ ਦਾਤ ਐਸੀ ਹੈ ਜੋ ਗੁਰੂ ਨਾਨਕ ਨੇ ਆਪਣੇ ਹੱਥ ਵਿੱਚ ਰੱਖੀ ਹੈ। ਜਿਨ੍ਹਾਂ ਉੱਪਰ ਆਪ ਆਪਣੀ ਕਿਰਪਾ ਕਰੇ ਗੁਰੂ ਨਾਨਕ ਸੱਚੇ ਪਾਤਸ਼ਾਹ, ਉਹਨਾਂ ਨੂੰ ਫਿਰ ਸਿਮਰਨ ਦੀ ਭੁੱਖ ਲੱਗਣ ਲੱਗਦੀ ਹੈ। ਨਾਮ ਦੇ ਨਾਲ ਨਿਹੋ ਲੱਗ ਜਾਂਦਾ, ਪਿਆਰ ਪੈ ਜਾਂਦਾ। ਜਿਸ ਨੂੰ ਤੂੰ ਪ੍ਰਭ ਵੱਲ ਤਿਸਕਿਆ ਮੋਹ ਸ਼ੰਦਗੀ, ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ। ਨਾਮ ਦੀ ਭੁੱਖ ਲੱਗ ਪੈਣੀ, ਭੁੱਖ ਤਾਂ ਸਾਨੂੰ ਵੀ ਹੈ, ਸੁੱਖਾਂ ਦੀ ਭੁੱਖ ਹੈ। ਕੋਈ ਘਰ ਵਿੱਚ ਘਾਟ ਹੋਵੇ, ਜਿਤਨੇ ਪਦਾਰਥ ਵਾਹਿਗੁਰੂ ਨੇ ਬਖਸ਼ੇ ਹਨ, ਉਹਨਾਂ ਦਾ ਸ਼ੁਕਰਾਨਾ ਭੁੱਲ ਕੇ ਵੀ ਸਾਡਾ ਧਿਆਨ ਉੱਥੇ ਹੀ ਪੈਂਦਾ ਜਿਹੜੀ ਵਸਤੂ ਵਾਹਿਗੁਰੂ ਨੇ ਨਹੀਂ ਦਿੱਤੀ, ਅਤੇ ਜਿਹੜੀਆਂ ਦਿੱਤੀਆਂ ਹਨ ਉਹਨਾਂ ਦਾ ਅਸੀਂ ਸ਼ੁਕਰਾਨਾ ਕਰਨ ਨੂੰ ਵੀ ਤਿਆਰ ਨਹੀਂ। ਪਰ ਨਹੀਂ ਭਾਈ, ਜਿਹੜੀਆਂ ਰਹਿਮਤਾਂ ਉਹਦੀਆਂ ਹੋਈਆਂ ਹਨ ਉਹਨਾਂ ਨੂੰ ਚੇਤੇ ਕਰਕੇ ਵੀ ਜਪਿਆ ਕਰ ਸ੍ਰੀ ਵਾਹਿਗੁਰੂ। ਜੇ ਨਾ ਜਪੀਏ ਉਹਦੀਆਂ ਰਹਿਮਤਾਂ ਨੂੰ ਪਾ ਕੇ, ਤਾਂ ਫਿਰ ਮਨ ਇਹ ਵਿਕਾਰੀ ਹੋ ਜਾਂਦਾ, ਮਨ ਹੰਕਾਰੀ ਹੋ ਜਾਂਦਾ, ਪਰਮੇਸ਼ਰ ਦੀ ਹੋਂਦ ਨੂੰ ਭੁੱਲ ਜਾਂਦਾ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ ਭਾਈ ਮਹਿਰੂ ਜੀ ਹੋਏ ਹਨ, ਜਿਨ੍ਹਾਂ ਦਾ ਪਹਿਲੇ ਕਰਮ ਸੀ ਚੋਰੀ ਕਰਨੀ, ਠੱਗੀਆਂ ਮਾਰਨੀਆਂ ਅਤੇ ਆਪਣਾ ਗੁਜ਼ਾਰਾ ਕਰਨਾ। ਬਚਪਨ ਵਿੱਚ ਹੀ ਮਾਂ ਬਾਪ ਸਿਰ ਤੋਂ ਉੱਠ ਗਏ, ਕੁਸੰਗਤ ਵਿੱਚ ਪੈ ਕੇ ਚੋਰੀਆਂ ਕਰਨ ਲੱਗ ਗਿਆ, ਅਤੇ ਉੱਧਰ ਹੀ ਮਨ ਲੱਗ ਗਿਆ ਫਿਰ ਚੋਰੀਆਂ ਕਰਨ ਵੱਲ। ਜਵਾਨ ਅਵਸਥਾ ਹੋ ਗਈ, ਕੋਈ ਗੁਰੂ ਕਾ ਸਿੱਖ ਬਾਣੀ ਪੜ੍ਹ ਰਿਹਾ ਸੀ ਅਤੇ ਬਾਣੀ ਦੀ ਆਵਾਜ਼ ਕੰਨਾਂ 'ਤੇ ਪਈ ਅਤੇ ਸਮਝ ਪਈ ਕਿ ਨਿਰੰਕਾਰ ਨੇ ਮਨੁੱਖ ਨੂੰ ਸੰਸਾਰ 'ਤੇ ਨਾਮ ਜਪਣ ਲਈ ਭੇਜਿਆ, ਸੇਵਾ ਕਰਨ ਲਈ ਭੇਜਿਆ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਨ ਪਾਈਏ। ਐਸਾ ਮਨ 'ਤੇ ਅਸਰ ਹੋਇਆ ਕਿ ਉਹ ਮੇਰੇ ਮਨ, ਤੂੰ ਤਾਂ ਦੁਨੀਆ ਦੀ ਸੇਵਾ ਕੀ ਕਰਨੀ ਹੈ, ਤੂੰ ਤਾਂ ਦੁਨੀਆ ਨੂੰ ਠੱਗ ਰਿਹਾ, ਲੁੱਟ ਰਿਹਾ। ਪੁੱਛਣ ਲੱਗਾ ਕਿ ਜਿਨ੍ਹਾਂ ਗੁਰੂਆਂ ਦੀ ਬਾਣੀ ਪੜ੍ਹ ਰਹੇ ਹੋ ਇਹਨਾਂ ਦੇ ਦਰਸ਼ਨ ਵੀ ਹੋ ਸਕਦੇ ਹਨ? ਤਾਂ ਉਸ ਗੁਰੂ ਕੇ ਸਿੱਖ ਨੇ ਕਿਹਾ, ਭਾਈ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਰੰਗ ਭਾਗ ਲਾ ਰਹੇ ਹਨ, ਆਪ ਨਾਰਾਇਣ ਕਲਾ ਧਾਰ ਜਗ ਮੇ ਪਰਵਰਿਓ, ਆਪ ਨਾਰਾਇਣ ਰੂਪ ਹੋ ਕੇ ਸੰਸਾਰ ਤੇ ਵਿਚਰਦੇ ਹਨ। ਕਹਿੰਦਾ ਫਿਰ ਮੇਰਾ ਜੀ ਕਰਦਾ ਮੈਨੂੰ ਵੀ ਨਾਲ ਲੈ ਚੱਲਣਾ ਜਦੋਂ ਜਾਓਗੇ। ਥੋੜੇ ਦਿਨਾਂ ਤੱਕ ਭਾਈ ਮੇਰੂ ਸਤਿਗੁਰਾਂ ਦੇ ਦੀਦਾਰ ਕਰਨ ਲਈ ਗੋਇੰਦਵਾਲ ਸਾਹਿਬ ਆਇਆ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਅੰਦਰ ਸੱਚਾ ਨੇਹੋ ਲਾਇਆ, ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਦਰਸ਼ਨ ਹੋਏ, ਤਨ ਮਨ ਨਿਹਾਲ ਹੋ ਗਿਆ,
ਗਰੀਬ ਨਿਵਾਜ ਸੱਚੇ ਪਾਤਸ਼ਾਹ ਬਚਨ ਕਰ ਰਹੇ ਸਨ, ਭਾਈ ਨੇਕ ਕਮਾਈ ਕਰੋ, ਜਿੱਥੇ ਆਪਣੀ ਕਿਰਤ ਨੂੰ ਅਸੀਂ ਸ਼ੁੱਧ ਰੱਖਣਾ, ਜੇ ਸਾਡੀ ਕਿਰਤ ਸੁੱਚੀ ਹੋਵੇਗੀ ਤਾਂ ਸਾਡਾ ਪਰਮਾਰਥ ਵੀ ਸੁੱਚਾ ਹੋਵੇਗਾ। ਜਿਸ ਕਿਰਤ ਦੇ ਵਿੱਚ ਕੂੜ ਕੁਸ਼ਤ ਹੈ, ਠੱਗੀ ਹੈ, ਬੇਈਮਾਨੀ ਹੈ, ਤੇ ਸਾਡੇ ਜਪਾਂ ਤਪਾਂ ਨੂੰ ਸਿਮਰਨ ਨੂੰ ਵੀ ਕਦੇ ਫਲੀਭੂਤ ਨਹੀਂ ਕਰ ਸਕਦੀ। ਉਹ ਕਰ ਮਨ ਮੇਰੇ ਸਤ ਵਿਵਹਾਰ, ਹਜ਼ੂਰ ਕਹਿੰਦੇ ਨੇ ਜਿੱਥੇ ਤੂੰ ਆਪਣਾ ਬਈ ਮਨ ਸਿਮਰਨ ਵਿੱਚ ਜੋੜਨਾ, ਉੱਥੇ ਵਿਵਹਾਰ ਵੀ ਵਿਹਾਰ ਵੀ ਸੱਚ ਦਾ ਕਰਨਾ, ਬੇਈਮਾਨੀ ਧੋਖਾ ਨਹੀਂ ਕਰਨਾ ਕਿਸੇ ਨਾਲ, ਕਿਉਂਕਿ ਉੱਥੇ ਜਾ ਕੇ ਦਰਗਾਹ ਵਿੱਚ ਚੋਰ ਦੀ ਹਾਮਾ ਕੋਈ ਨਹੀਂ ਭਰਦਾ। ਚੋਰ ਕੀ ਹਾਮਾ ਭਰੇ ਨਾ ਕੋਏ, ਉਹਦੀ ਹਾਮੀ ਕਿਸੇ ਨੇ ਨਹੀਂ ਭਰਨੀ, ਗੁਰੂ ਨੇ ਬਾਂ ਨਹੀਂ ਫੜਨੀ ਜਿਹੜੇ ਚੋਰੀ ਯਾਰੀ ਠੱਗੀ ਕਰਕੇ ਖਾਂਦੇ ਹਨ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਹਾ ਕਰਦੇ ਸਨ, ਭਾਈ ਆਪਣੀ ਕਿਰਤ ਕਮਾਈ ਕਰਕੇ ਜਿਹੜਾ ਮਨੁੱਖ ਉਸ ਕਮਾਈ ਵਿੱਚੋਂ ਵੀ ਵੰਡ ਕੇ ਛਕ ਰਿਹਾ, ਉਹ ਬੰਦਗੀ ਹੈ। ਜਿਹੜਾ ਆਪਣੀ ਕਿਰਤ ਕਮਾਈ ਕਰਕੇ ਵੰਡ ਕੇ ਛਕਦਾ ਹੈ, ਉਹ ਬੰਦਗੀ ਕਰ ਰਿਹਾ, ਇਹ ਬੰਦਗੀ ਹੈ ਵੰਡ ਕੇ ਛਕਣਾ, ਤੇ ਲਕੋ ਕੇ ਛਕਣਾ ਇਹ ਸ਼ਰਮਿੰਦਗੀ ਹੈ, ਤੇ ਚੋਰੀ ਯਾਰੀ ਠੱਗੀ ਕਰਕੇ ਖਾਣਾ, ਮਹਾਂਪੁਰਖ ਕਿਹਾ ਕਰਦੇ ਸਨ, ਭਾਈ ਇਹ ਗੰਦਗੀ ਦੇ ਬਰਾਬਰ ਖਾ ਰਿਹਾ। ਉਚਾਰਨ ਕਰੋ ਸ਼੍ਰੀ ਵਾਹਿਗੁਰੂ, ਕਿਉਂਕਿ ਸਤ ਦੀ ਕਿਰਤ ਕਰਨੀ, ਵਾਹਿਗੁਰੂ ਨੇ ਜੋ ਸਾਡੇ ਮਸਤਕ ਵਿੱਚ ਲਿਖਿਆ ਉਹ ਤਾਂ ਸਾਨੂੰ ਮਿਲਣਾ ਹੀ ਹੈ, ਫਿਰ ਅਸੀਂ ਕਿਉਂ ਧੋਖਾ ਦੇਈਏ। ਬਈ ਉਸ ਕਿਸੇ ਨੂੰ ਨਹੀਂ ਠੱਗਦੇ, ਅਸੀਂ ਆਪਣੇ ਪੁੰਨਾਂ ਨੂੰ ਠੱਗ ਰਹੇ ਹਾਂ, ਆਪਣੇ ਪੁੰਨ ਘਟਾ ਰਹੇ ਹਾਂ। ਜੇ ਸਾਡੀ ਕਿਰਤ ਬੇਈਮਾਨੀ ਠੱਗੀ ਦੀ ਹੈ ਤਾਂ ਉਚਾਰਨ ਕਰੋ ਸ੍ਰੀ ਵਾਹਿਗੁਰੂ। ਐਸੇ ਬਚਨ ਸੁਣ ਕੇ ਭਾਈ ਮੇਹਰੂ ਨੇ ਚਰਨਾਂ ਤੇ ਮਸਤਕ ਰੱਖ ਦਿੱਤਾ ਤੇ ਨੈਣਾਂ ਦੇ ਜਲ ਨਾਲ ਚਰਨ ਧੋ ਦਿੱਤੇ, ਤੇ ਸਤਿਗੁਰਾਂ ਨੇ ਇਤਨਾ ਹੀ ਬਚਨ ਕੀਤਾ, ਪੁਰਖਾ ਸਤ ਦੀ ਕਮਾਈ ਕਰਿਆ ਕਰ, ਸੱਚ ਦੀ ਕਮਾਈ ਕਰਿਆ ਕਰ। ਆ ਗਿਆ ਸੰਗਤਾਂ ਦੇ ਨਾਲ, ਮਨ ਵਿੱਚ ਸੋਚਦਾ ਕਿ ਗੁਰੂ ਨੂੰ ਮੇਰੇ ਕੁਕਰਮਾਂ ਦਾ ਪਤਾ ਸੀ, ਤਦੇ ਹੀ ਤਾਂ ਮੈਨੂੰ ਕਿਹਾ ਭਾਈ ਸੱਚ ਦੀ ਕਮਾਈ ਕਰ। ਹੁਣ ਘਰ ਜਦੋਂ ਆਇਆ, ਜੋ ਕੁਝ ਵੀ ਨਜ਼ਰ ਆਇਆ ਸਭ ਚੋਰੀ ਦਾ ਹੈ, ਕੋਈ ਆਪਣਾ ਨਹੀਂ। ਇੱਕ ਮੈਂ ਕਿਸੇ ਦੀ ਖੋਲ ਕੇ ਲਿਆਇਆ ਸੀ, 5 ਸਾਲ ਹੋ ਗਏ ਸਨ, ਉਹਦੇ ਵਿੱਚੋਂ 2 ਕੱਟੀਆਂ ਵੀ ਹੋਈਆਂ, ਔਰ ਉਸ ਮੈਂ ਨੂੰ ਚੋਣ ਬੈਠਾ, ਜਦੋਂ ਦੁੱਧ ਚੋਇਆ ਤਾਂ ਫਿਰ ਦੁੱਧ ਰਸਨਾ ਤੱਕ ਲਿਆਇਆ, ਅੱਜ ਦੁੱਧ ਦਾ ਘੁੱਟ ਨਹੀਂ ਭਰਿਆ ਗਿਆ, ਆਖਿਆ ਇਹ ਚੋਰੀ ਦੀ ਹੈ। ਹੋਰ ਵੀ ਜੋ ਕੁਛ ਬਰਤਨ ਆਦਿਕ, ਹੋਰ ਵੀ ਜਿਹੜਾ ਸਮਾਨ ਪਿਆ ਸੀ, ਸ਼ਰਾਬੀ ਕਬਾਬੀ ਸੀ, ਸਭ ਕੁਛ ਬਾਹਰ ਸਿੱਟ ਦਿੱਤਾ, ਲੋੜਵੰਦਾਂ ਨੂੰ ਬਰਤਨ ਦੇ ਦਿੱਤੇ, ਕੱਪੜੇ ਦੇ ਦਿੱਤੇ, ਤੇ ਹੁਣ ਮਨ ਵਿੱਚ ਸੋਚਦਾ ਜਿਹਦੀ ਮੈਂ ਖੋਲ ਕੇ ਲਿਆਇਆ ਨਾ ਉਹਨੂੰ ਵਾਪਸ ਕਰ ਆਵਾਂ, ਔਰ ਉਹਦੇ ਚਰਨ ਫੜ ਕੇ ਇਸ ਭੁੱਲ ਦੀ ਮਾਫੀ ਵੀ ਮੰਗ ਆਵਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਾਈ ਮੇਹਰੂ ਗਿਆ ਉਸ ਪਿੰਡ ਵਿੱਚ ਜਿੱਥੋਂ ਅੱਜ ਤੋਂ 5 ਸਾਲ ਪਹਿਲਾਂ ਮੈਂ ਖੋਲ ਕੇ ਲਿਆਇਆ ਸੀ। ਇਹ ਕਿੱਥੋਂ ਖੋਲ ਕੇ ਲਿਆਇਆ? ਭਾਈ ਨੌਦ ਜੀ ਦੇ ਘਰੋਂ, ਤੇ ਜਾ ਕੇ ਮੈਂ ਬੰਨ ਦਿੱਤੀ। ਭਾਈ ਨੌਦ ਜੀ ਨੇ ਵੇਖਿਆ ਬਈ ਇਹ ਮੈਂ ਆਪਣੀ ਹੈ,
ਤੇ 5 ਸਾਲ ਬਾਅਦ ਬੰਨੀ ਹੋਈ ਆਪਣੀ ਘਰਵਾਲੀ ਨੂੰ ਕਹਿੰਦਾ, ਭਗਵਾਨ ਆ ਵੇਖ ਇਹ ਕੌਣ ਬਣ ਗਿਆ। ਤਾਂ ਭਾਈ ਮੇਰੂ ਨੇ ਆ ਕੇ ਚਰਨ ਪਕੜ ਲਏ, ਆਖਿਆ ਮੈਂ ਤੁਹਾਡਾ ਚੋਰ ਹਾਂ ਤੇ ਮੈਂ ਹੀ ਇਸ ਨੂੰ ਖੋਲ ਕੇ ਲੈ ਗਿਆ ਸਾਂ। 100 ਰੁਪਈਆ ਚਾਂਦੀ ਦਾ ਢੇਰ ਲਾ ਦਿੱਤਾ, ਆਖਿਆ ਮੈਂ ਜਿਤਨਾ ਇਹਦਾ ਦੁੱਧ ਪੀਤਾ ਇਹ ਆਪਣੀ ਕੀਮਤ ਲੈ ਲਓ ਤੇ ਇੱਕ ਵਾਰ ਆਪਣੇ ਮੁਖ ਤੋਂ ਕਹਿ ਦਿਓ ਬਈ ਤੈਨੂੰ ਮਾਫ਼ ਕੀਤਾ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਤੁਸੀਂ ਮੇਰੇ ਮਾਤਾ ਪਿਤਾ ਦੇ ਬਰਾਬਰ ਹੋ, ਇੱਕ ਵਾਰੀ ਮਾਫ਼ੀ ਦੇ ਦਿਓ। ਭਾਈ ਨੌਦ ਕਹਿੰਦਾ, ਪੁਰਖਾ ਇਹ ਤਾਂ ਦੱਸ ਬਈ ਤੂੰ ਖੋਲ ਕੇ ਵੀ ਲੈ ਗਿਆ ਤੇ ਫਿਰ ਇੱਥੇ ਬੰਨਣ ਕਿਵੇਂ ਆ ਗਿਆ। ਕਹਿਣ ਲੱਗਾ, ਮੈਂ ਪਹਿਲੇ ਅਗਿਆਨੀ ਸਾਂ, ਮੇਰੇ ਹਿਰਦੇ ਵਿੱਚ ਹਨੇਰਾ ਸੀ, ਨਾਮ ਦੀ ਜੋਤ ਨਹੀਂ ਸੀ ਜਗੀ, ਮੇਰੇ ਤੇ ਕਿਸੇ ਗੁਰੂ ਦੀ ਮਿਹਰ ਨਹੀਂ ਸੀ ਹੋਈ, ਹੁਣ ਗੁਰੂ ਨਾਨਕ ਦੀ ਤੀਸਰੀ ਗੱਦੀ ਨੇ ਮੇਰੇ ਤੇ ਮਿਹਰ ਕਰ ਦਿੱਤੀ ਹੈ। ਜਿੱਥੇ ਮਿਹਰ ਤੇਰੀ ਉੱਥੇ ਸਦਾ ਖੁਸ਼ੀ, ਹਰ ਵੇਲੇ ਮੇਰਾ ਮਨ ਚੋਰੀ ਯਾਰੀ ਠੱਗੀਆਂ ਕਰਕੇ ਸੜਦਾ ਰਹਿੰਦਾ ਸੀ। ਇਹ ਮਨ ਐਂ ਬਣਿਆ ਹੋਇਆ ਸੀ ਜਿਵੇਂ ਸ਼ਮਸ਼ਾਨ ਭੂਮਿਕਾ ਤੇ ਮੁਰਦੇ ਜਲਦੇ ਰਹਿੰਦੇ ਹਨ, ਇਸ ਤਰ੍ਹਾਂ ਸੜਦਾ ਸੀ। ਪਰ ਜਦੋਂ ਗੁਰੂ ਦਾ ਦੀਦਾਰ ਕੀਤਾ ਮਨ ਸ਼ਾਂਤ ਹੋ ਗਿਆ, ਹੁਣ ਜੋਤ ਜਗ ਗਈ ਹੈ ਉਸਦੇ ਨਾਮ ਦੀ। ਇਸ ਲਈ ਮੈਂ ਹੁਣ ਇਹ ਚੋਰੀ ਯਾਰੀ ਤੋਂ ਤੌਬਾ ਕਰ ਲਈ ਹੈ, ਮੈਨੂੰ ਬਖਸ਼ੋ, ਮੇਰੇ ਤੇ ਕਿਰਪਾ ਕਰੋ, ਇੱਕ ਵਾਰ ਕਹਿ ਦਿਓ ਤੈਨੂੰ ਬਖਸ਼ਿਆ। ਬੜੇ ਅਦਬ ਤੇ ਸਤਿਕਾਰ ਨਾਲ ਭਾਈ ਨੌਦ ਜੀ ਨੇ ਪ੍ਰਸ਼ਾਦਾ ਛਕਾਇਆ ਭਾਈ ਮੇਰੂ ਨੂੰ ਤੇ ਕਹਿਣ ਲੱਗਾ, ਬਈ ਜਿਸ ਗੁਰੂ ਨੇ ਤੇਰਾ ਮਨ ਫੇਰ ਦਿੱਤਾ ਮਾੜਿਆਂ ਕੰਮਾਂ ਵੱਲੋਂ, ਉਸ ਗੁਰੂ ਦੇ ਮੈਨੂੰ ਹੀ ਦੀਦਾਰ ਕਰਾ। ਤੇ ਭਾਈ ਨੌਦ ਜੀ ਸ਼ਹਿਤ ਪਰਿਵਾਰ ਦੇ ਤੇ ਭਾਈ ਮੇਰੂ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਮੱਥਾ ਟੇਕਿਆ ਤੇ ਸਤਿਗੁਰੂ ਨੇ ਪ੍ਰਸੰਨ ਹੋ ਕੇ ਭਾਈ ਮੇਰੂ ਨੂੰ ਨਿਹਾਲ ਕੀਤਾ, ਨਦਰੀ ਨਦਰ ਨਿਹਾਲ ਕਰ ਦਿੱਤਾ। ਇਤਿਹਾਸ ਵਿੱਚ ਲਿਖਿਆ ਕਿ ਭਾਈ ਮੇਰੂ ਨੂੰ ਪੀੜੀ ਬਖਸ਼ ਦਿੱਤੀ ਤੇ ਉਹ ਗੁਰੂ ਘਰ ਦਾ ਪ੍ਰਚਾਰ ਕਰਕੇ ਅਨੇਕਾਂ ਨੂੰ ਉਸਨੇ ਗੁਰੂ ਨਾਨਕ ਦੇ ਘਰ ਨਾਲ ਜੋੜ ਦਿੱਤਾ। ਕਿਹਦੇ ਸਦਕੇ ਜੋੜਿਆ? ਜਿਨ੍ਹਾਂ ਤੇ ਗੁਰੂ ਦੀ ਮਿਹਰ ਹੋ ਜਾਵੇ। ਗੁਰੂ ਦੀ ਮਿਹਰ ਹੋਵੇ ਤਾਂ ਲੋਕ ਪਰਲੋਕ ਦੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਪਿਆਰੀ ਸਾਧ ਸੰਗਤ, ਤੇ ਜੇ ਗੁਰੂ ਦੀ ਮਿਹਰ ਨਾ ਹੋਵੇ ਤਾਂ ਸੁਲਤਾਨਾ ਘਾਉ ਕਰਾਏਦਾ, ਦਰ ਮੰਗਣ ਭੇਖ ਨਾ ਪਾਏਦਾ। ਗੁਰੂ ਦੀ ਮਿਹਰ ਨਹੀਂ ਤਾਂ ਸੁਲਤਾਨ ਪਾਤਸ਼ਾਹ ਹੋਵੇ, ਜੇ ਗੁਰੂ ਦੀ ਮਿਹਰ ਨਾ ਹੋਵੇ ਤਾਂ ਰੋਟੀ ਤਾਂ ਕੀ ਮਿਲਣੀ ਹੈ, ਘਾਹ ਨੂੰ ਵੀ ਮੂੰਹ ਮਾਰੇਗਾ ਤੇ ਉਹ ਰੋਕਣਗੇ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਭਿਖਿਆ ਵੀ ਮੰਗੇਗਾ ਕੋਈ ਨਹੀਂ ਦੇਵੇਗਾ, ਉਹਦੀ ਕਿਰਪਾ ਵਿੱਚ ਸਾਰੇ ਹੀ ਸੁੱਖ ਹਨ। ਸਦਾ ਨਾਮ ਜਪੋ ਗੁਰੂ ਨਾਨਕ ਦਾ, ਕਿਉਂਕਿ ਲੋਕ ਪਰਲੋਕ ਦੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਨਾਮ ਲਈਏ ਸਤਿਗੁਰ ਨਾਨਕ ਕੇ, ਦੁੱਖ ਦਰਦ ਰੋਗ ਮਿਟੇ ਸੋ ਭਿਆਨਕ, ਨਾਮ ਲਈਏ ਸਤਿਗੁਰ ਨਾਨਕ ਕੇ, ਜਗ ਕਾਗ ਚੁਗੇ ਮਿਲ ਮੋਤੀ ਮਾਨਕ, ਨਾਮ ਲਈਏ ਸਤਿਗੁਰ ਨਾਨਕ ਕੇ, ਚਾਰ ਪਦਾਰਥ ਮਿਲੇ ਅਚਾਨਕ, ਸਾਰੀ ਸੰਗਤ ਮਿਲ ਕੇ ਆਖੋ ਧੰਨ ਸ਼੍ਰੀ ਗੁਰੂ ਬਾਬਾ ਨਾਨਕ। ਜਿਸਨੇ ਇੱਕ ਵਾਰਾਂ ਵੀ ਪਿਆਰ ਦੇ ਨਾਲ ਕਹਿ ਦਿੱਤਾ ਧੰਨ ਗੁਰੂ ਨਾਨਕ, ਲੋਕ ਪਰਲੋਕ ਦੇ ਸੁੱਖ ਪ੍ਰਾਪਤ ਹੋ ਗਏ। ਇਸ ਲਈ ਜਿੱਥੇ ਮਿਹਰ ਤੇ, ਜਿੱਥੇ ਜਿੱਥੇ ਤੂੰ ਮਿਹਰ ਕੀਤੀ, ਸਿਰਫ ਲੋਕ ਹੀ ਨਹੀਂ ਸਵਾਰਿਆ, ਤੂੰ ਪਰਲੋਕ ਵੀ ਸਵਾਰ ਦਿੱਤੇ।
ਕਿੱਥੇ ਮੇਹਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮੇਹਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮੇਹਰ ਨਹੀਂ ਉੱਥੇ ਦੁੱਖ ਹੀ ਦੁੱਖ, ਸਦਾ ਨਾਮ ਜਪੋ ਗੁਰੂ ਨਾਨਕ ਦਾ, ਸਦਾ ਨਾਮ ਜਪੋ ਗੁਰੂ ਨਾਨਕ ਦਾ, ਤੁਹਾਨੂੰ ਮਿਲਣਗੇ ਲੋਕ ਪਰਲੋਕ ਦੇ ਸੁੱਖ, ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀਆਂ। ਸੰਗਤ ਜਿਸਨੇ ਪਾਈ ਏ ਗੁਰੂ ਦਰ ਦੀ ਸੇਵ ਕਮਾਈ ਏ, ਜੀਵਨ ਮੁਕਤੀ ਉਹ ਪਾਏਗਾ, ਜੀਵਨ ਮੁਕਤੀ ਉਹ ਪਾਏਗਾ, ਬਣ ਜਾਏਗਾ ਜੋ ਪੂਰਨ ਗੁਰ ਸਿੱਖ, ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀਆਂ। ਜਪ ਤਪ ਸੇਵਾ ਸਿਮਰਨ ਬਦਲੇ, ਸਦਾ ਗੁਰੂ ਨਾਨਕ ਤੋਂ ਬਖਸ਼ਿਸ਼ ਮੰਗਿਆ ਕਰੋ, ਜਪ ਤਪ ਸੇਵਾ ਸਿਮਰਨ ਬਦਲੇ, ਸਦਾ ਗੁਰੂ ਨਾਨਕ ਤੋਂ ਬਖਸ਼ਿਸ਼ ਮੰਗਿਆ ਕਰੋ, ਹੋ ਜਾਏ ਨਦਰ ਜਦੋਂ ਸਤਿਗੁਰ ਦੀ, ਹੋ ਜਾਏ ਨਦਰ ਜਦੋਂ ਸਤਿਗੁਰ ਦੀ, ਨਵਨੀਥਾਂ ਮਿਲਣ ਇਸ ਜਗਤ ਦੇ ਵਿੱਚ, ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀਆਂ, ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀਆਂ। ਜਿਸ ਵੀ ਪਰਲੋਕ ਸੰਵਾਰਿਆ ਏ ਪ੍ਰਭੂ ਸਿਮਰਨ ਨੇ ਹੀ ਤਾਰਿਆ ਏ, ਜਿਸ ਵੀ ਪਰਲੋਕ ਸੰਵਾਰਿਆ ਏ ਪ੍ਰਭੂ ਸਿਮਰਨ ਨੇ ਹੀ ਤਾਰਿਆ ਏ, ਤਰ ਜਾਓ ਕੇ ਹਰ ਜੀ ਦਾ ਨਾਮ ਜਪ ਕੇ, ਤਰ ਜਾਓ ਕੇ ਹਰ ਜੀ ਦਾ ਨਾਮ ਜਪ ਕੇ, ਗੁਣ ਗਾਇਆ ਕਰੋ ਗੁਣ ਗਾਇਆ ਕਰੋ ਪ੍ਰਭੂ ਪਿਆ।
ਪਿਆਰ ਦੇ ਵਿੱਚ ਜਿੱਥੇ ਮੇਰੇ ਤੇਰੀ ਉੱਥੇ ਸਦਾ ਖੁਸ਼ੀਆਂ ਜਿੱਥੇ ਮੇਰੇ ਤੇਰੀ ਉੱਥੇ ਸਦਾ ਖੁਸ਼ੀਆਂ ਜਿੱਥੇ ਮੇਰ ਨਹੀਂ ਉੱਥੇ ਦੁੱਖ ਹੀ ਦੁੱਖ ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀਆਂ ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀਆਂ ਸਦਾ ਨਾਮ ਜਪੋ ਗੁਰੂ ਨਾਨਕ ਦਾ ਤੁਹਾਨੂੰ ਮਿਲਣਗੇ ਲੋਕ ਪਰਲੋਕ ਦੇ ਸੁੱਖ ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀਆਂ ਜਿੱਥੇ ਮੇਰ ਤੇਰੀ ਉੱਥੇ ਸਦਾ ਖੁਸ਼ੀਆਂ ਉੱਥੇ ਸਦਾ ਖੁਸ਼ੀਆਂ ਉੱਥੇ ਸਦਾ ਖੁਸ਼ੀਆਂ। ਸੱਚੇ ਪਾਤਸ਼ਾਹ ਮੇਰੀ ਬਖਸ਼ ਖਤਾ ਮੈਂ ਨਿਮਾਣਾ ਤੂੰ ਬੇਅੰਤ ਤੇਰਾ ਅੰਤ ਨਾ ਜਾਣਾ। ਸੱਚੇ ਪਾਤਸ਼ਾਹ ਮੇਰੀ ਬਖਸ਼ ਖਤਾ ਮੈਂ ਨਿਮਾਣਾ ਤੂੰ ਬੇਅੰਤ ਪਾਤਸ਼ਾਹ ਮੇਰੀ ਬਖਸ਼ ਖਤਾ ਮੈਂ ਨਿਮਾਣਾ ਤੂੰ ਬੇਅੰਤ ਤੇਰਾ ਅੰਤ ਨਾ ਜਾਣਾ। ਸੱਚੇ ਪਾਤਸ਼ਾਹ ਮੇਰੀ ਸੰਗ ਲਾਗਾ ਤੇਰਾ ਨਾਮ ਨਾ ਜਪਿਆ ਮੈਂ ਅਭਾਗਾ ਦੀਨ ਛੋੜ ਦੁਨੀ ਸੰਗ ਲਾਗਾ ਤੇਰਾ ਨਾਮ ਨਾ ਜਪਿਆ ਮੈਂ ਅਭਾਗਾ ਦੀਨ ਛੋੜ ਦੁਨੀ ਸੰਗ ਲਾਗਾ ਤੇਰਾ ਨਾਮ ਨਾ ਜਪਿਆ
मैं अभागा दीन छोड़ दुनी संग लागा तेरा नाम ना जपिया मैं अभागा कोई गुण ना पले नरक न मैनू झले पाप कमाना तू बेअंत तेरा अंत ना जाना सच्चे पात सहा मेरी बख्श कथा मैं माना तू बेअंत तेरा अंत ना जाना सच्चे पात सहा मेरी बख्श कथा मैं नहीं माना तू भी अंत तेरा अंत ना जाना सच्चे पात सहा मेरी बख्श कथा मैं नहीं माना तू भी अंत तेरा अंत ना दर तेरे सवाली जो आवे मुँह मंगियां मुरादां पावे दर तेरे सवाली जो आवे मुँह मंगियां मुरादां पावे दर पावे दर तेरे सवाली जो आवे मुँह मंगिया मुरादां पावे मैं आया शरणी लावो अपनी चरनी बिरद पछाना तू बेअंत तेरा अंत ना जाना सच्चे पात सहा मेरी बख्श कथा मैं माना तू बेअंत तेरा अंत ना जाना सच्चे पात सहा मेरी बख्श कथा मैं माना तू बेअंत तेरा अंत ना
ਦਾ ਘਰ ਨਿਮਰਤਾ ਦਾ ਦਰ ਹੈ। ਇੱਥੇ ਸੇਵਾ ਸਿਮਰਨ ਪਰ ਉਪਕਾਰ ਕਰਦਿਆਂ ਹੋਇਆਂ ਵੀ ਆਪਣੇ ਗੁਨਾਹ ਹੀ ਬਖਸ਼ਾਉਣੇ ਹਨ, ਕਿਸੇ ਜਪ ਤਪ ਦਾ ਇਵਜ਼ਾਨਾ ਨਹੀਂ ਮੰਗਣਾ। ਸਾਡੇ ਜਪ ਤਪ ਵੱਡੇ ਨਹੀਂ, ਹੇ ਗੁਰੂ ਨਾਨਕ ਤੇਰੀ ਬਖਸ਼ਿਸ਼ ਬਹੁਤ ਵੱਡੀ ਹੈ। ਸਾਡੀ ਝੋਲੀ ਛੋਟੀ ਹੈ, ਤੇਰੀ ਬਖਸ਼ਿਸ਼ ਬਹੁਤ ਵੱਡੀ ਹੈ। ਹੇ ਨਿਰੰਕਾਰ, ਅਸੀਂ ਮੰਦੇ ਚੰਗੇ ਜਿਹੋ ਜਿਹੇ ਹਾਂ, ਤੇਰੇ ਹਾਂ। ਜੇ ਆਪਣੇ ਅੰਦਰ ਚਾਤੀ ਪਾ ਕੇ ਵੇਖੀਏ ਸ਼ਾਇਦ ਨਰਕ ਵੀ ਸਾਨੂੰ ਨਾ ਜਲ ਸਕਣ, ਪਰ ਤੇਰੀਆਂ ਰਹਿਮਤਾਂ ਵੱਲ ਜਦੋਂ ਵੇਖੀਦਾ ਤੇ ਫਿਰ ਮਨ ਖੇੜੇ ਵਿੱਚ ਆ ਜਾਂਦਾ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੋਰ, ਤੁਮਰੋ ਬਿਰਦ ਕੋ ਆਸਰੋ ਸਮਾਰ ਹੋ। ਆਸਰਾ ਬਹੁਤ ਵੱਡਾ ਹੈ ਤੂੰ ਸਾਡਾ, ਹੇ ਸੱਚੇ ਪਾਤਸ਼ਾਹ। ਸੱਚੇ ਪਾਤਸ਼ਾਹ ਮੇਰੀ ਬਖਸ਼ ਕਥਾ ਮੈਂ ਨੀ ਮਾਣਾ, ਤੂੰ ਬੇਅੰਤ ਤੇਰਾ ਅੰਤ ਨਾ ਜਾਣਾ। ਸੱਚੇ ਪਾਤਸ਼ਾਹ ਮੇਰੀ ਬਖਸ਼ ਕਥਾ ਮੈਂ ਨੀ ਮਾਣਾ, ਤੂੰ ਬੇਅੰਤ ਤੇਰਾ ਅੰਤ ਨਾ ਜਾਣਾ। ਤਰ ਗਏ ਪਾਪੀ ਤੇਰਾ ਨਾਮ ਰੱਟ ਕੇ, ਕੱਟੀ ਜਾਏ 84 ਨਾਮ ਜਪ ਕੇ। ਤਰ ਗਏ ਪਾਪੀ ਤੇਰਾ ਨਾਮ ਰੱਟ ਕੇ, ਕੱਟੀ ਜਾਏ 84 ਨਾਮ ਜਪ ਕੇ। ਤਰ ਗਏ ਪਾਪੀ ਤੇਰਾ ਨਾਮ ਜਪ ਕੇ, ਕੱਟੀ ਜਾਏ 84 ਨਾਮ ਜਪ ਕੇ। ਤਰ ਗਏ ਪਾਪੀ ਤੇਰਾ ਨਾਮ ਰੱਟ ਕੇ, ਕੱਟੀ ਜਾਏ 84 ਨਾਮ ਜਪ ਕੇ। ਵਿਸ਼ਰ ਨਾਹੀ ਦਾਤਾ ਬਖਸ਼ੋ ਹਰ ਜੀ ਦਾ ਪਿਆਰ, ਦਰਸ ਦਿਖਾਣਾ ਤੂੰ ਬੇਅੰਤ ਤੇਰਾ ਅੰਤ ਨਾ ਜਾਣਾ। ਸੱਚੇ ਪਾਤਸ਼ਾਹ ਮੇਰੀ ਬਖਸ਼ ਕਥਾ ਮੈਂ ਨੀ ਮਾਣਾ, ਤੂੰ ਬੇਅੰਤ ਤੇ
ਅੰਤ ਤੇਰਾ ਅੰਤ ਨਾ ਜਾਣਾ। ਔਗਣੇ ਹਾਰੇ ਕੀ ਬੇਨਤੀ ਤੁਮ ਸੁਣੋ ਗਰੀਬ ਨਿਵਾਜ, ਜੇ ਹਾਂ ਪੂਤ ਕਪੂਤ ਹਾਂ ਬਹੁੜ ਪਿਤਾ ਕੋ ਲਾਜ। ਹੇ ਨਿਰੰਕਾਰ ਅਸੀਂ ਚੰਗੇ ਮੰਦੇ ਜਿਹੋ ਜੇ ਹਾਂ ਤੇਰੇ ਹਾਂ ਸਾਡੇ ਔਗਣ ਨਾ ਚਿਤਾਰੀ। ਸਾਡੇ ਜਪ ਤਪ ਪੁੰਨ ਦਾਨ ਵੱਡੇ ਨਹੀਂ ਹਨ, ਹੇ ਗੁਰੂ ਨਾਨਕ ਤੇਰੀ ਬਖਸ਼ਿਸ਼ ਵੱਡੀ ਹੈ, ਤੇਰੀ ਰਹਿਮਤ ਵੱਡੀ ਹੈ। ਭੂਮੀਏ ਚੋਰ ਤੇ ਤੂੰ ਕਰ ਦਿੱਤੀ ਬਖਸ਼ਿਸ਼, ਮਿਹਰ ਦੀ ਨਜ਼ਰ ਵੇਖ ਲਈ ਤੇ ਫਿਰ ਇੱਕ ਪੂਰਨ ਸਾਧੂ ਬਣਾ ਦਿੱਤਾ। ਅਸੀਂ ਵੀ ਉਸੇ ਹੀ ਪਾਰਟੀ ਦੇ ਆਦਮੀ ਹਾਂ, ਉਦੋਂ ਵਧੀਕ ਪਾਪੀ ਹਾਂ। ਹੇ ਨਿਰੰਕਾਰ, ਜਿਸ ਤਰ੍ਹਾਂ ਬਖਸ਼ੇ ਜਾਂਦੇ ਹਾਂ ਸਾਨੂੰ ਬਖਸ਼ ਲੈ। ਇਹ ਗੁਰੂ ਨਾਨਕ ਦੇ ਦਰ ਦੀ ਜਿਨ੍ਹਾਂ ਨੇ ਵੀ ਬਖਸ਼ਿਸ਼ ਪਾਣੀ ਹੈ ਭਾਈ, ਨਿਮਰਤਾ ਧਾਰਨ ਕਰਨੀ ਪਵੇਗੀ। ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦਾ ਖਜ਼ਾਨਾ ਲੁੱਟਣਾ ਪ੍ਰਾਪਤ ਕਰਨਾ ਤੇ ਭਾਈ ਫਿਰ ਨਿਮਰਤਾ ਧਾਰਨ ਕਰਨੀ ਪਵੇਗੀ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਸਾਰੀ ਸਾਰੀ ਰਾਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਸਿਮਰਨ ਵਿੱਚ ਜੁੜੇ ਰਹਿਣਾ ਤੇ ਅੰਮ੍ਰਿਤ ਵੇਲੇ ਫਿਰ ਜਦੋਂ ਅਰਦਾਸ ਕਰਨੀ ਸਾਹਿਬ ਜੀ ਦੇ ਚਰਨਾਂ ਵਿੱਚ ਤਾਂ ਰੋ ਰੋ ਕੇ ਅਰਦਾਸ ਕਰਨੀ। ਹੈ ਨਿਰੰਕਾਰ, ਜਿਵੇਂ ਸੱਜਣ ਠੱਗ ਨੂੰ ਕੌਡੇ ਰਾਖਸ਼ ਨੂੰ ਭੂਮੀਏ ਚੋਰ ਨੂੰ ਤਾਰਿਆ, ਉਸੇ ਹੀ ਪਾਰਟੀ ਦੇ ਆਦਮੀ ਹਾਂ, ਉਦੋਂ ਵਧੀਕ ਪਾਪੀ ਹਾਂ। ਜਿਸ ਤਰ੍ਹਾਂ ਬਖਸ਼ੇ ਜਾਂਦੇ ਹਾਂ, ਹੇ ਨਿਰੰਕਾਰ ਸਾਨੂੰ ਬਖਸ਼ ਲੈ। ਇਹ ਸਾਡੇ ਲਈ ਪੂਰਨੇ ਹਨ, ਪੂਰਨੇ ਪਾ ਕੇ ਦੱਸੇ ਕਿ ਗੁਰੂ ਕੇ ਸਿੱਖ ਨੇ ਕਿਸ ਤਰ੍ਹਾਂ ਜਪ ਤਪ ਸਿਮਰਨ ਭਜਨ ਕਰਦਿਆਂ ਹੋਇਆਂ ਵੀ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਉਣਾ ਹੈ ਤਾਂ ਆਪਣੇ ਗੁਨਾਹ ਬਖਸ਼ਾਉਣੇ ਹਨ। ਮਹਾਂਪੁਰਖ ਕਿਹਾ ਕਰਦੇ ਸਨ, ਬਾਈ ਜਿਹੜੇ ਗੁਨਾਹਾਂ ਦਾ ਤੈਨੂੰ ਪਤਾ ਵੀ ਨਹੀਂ ਨਾ, ਉਹਨਾਂ ਦੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਮਾਫ਼ੀ ਮੰਗਿਆ ਕਰ। ਇੱਕ ਸਾਖੀ ਸੁਣਾਇਆ ਕਰਦੇ ਸਨ ਬਾਬਾ ਜੀ ਕਿ ਇੱਕ ਵੱਡੀ ਸ਼ਿਲਾ 'ਤੇ ਬੈਠ ਕੇ ਤਪਸਵੀ ਨੇ 100 ਬਰਸ ਸਿਮਰਨ ਕੀਤਾ, ਬੰਦਗੀ ਕੀਤੀ। ਅਕਾਲ ਪੁਰਖ ਵਾਹਿਗੁਰੂ ਦੀ ਆਵਾਜ਼ ਆਈ ਕਿ ਇਹ ਤਪਸਵੀ ਮੰਗ ਕੀ ਮੰਗਦਾ, ਤੇ ਤਪਸਵੀ ਦੇ ਮਨ ਵਿੱਚ ਅਹੰਕਾਰ ਆ ਗਿਆ, ਬਈ ਵੇਖੋ ਮੇਰੀ ਤਪੱਸਿਆ ਪ੍ਰਵਾਨ ਹੋ ਗਈ ਹੈ, ਤਦੇ ਹੀ ਤਾਂ ਇਹ ਆਵਾਜ਼ਾਂ ਆ ਰਹੀਆਂ ਹਨ। ਕਈ ਵਾਰਾਂ ਮਨੁੱਖ ਥੋੜ੍ਹੀ ਜਿਹੀ ਦਾਤ ਵੀ ਪ੍ਰਾਪਤ ਕਰਕੇ ਅਹੰਕਾਰ ਕਰ ਬੈਠਦੇ ਕਿ ਮੇਰੇ ਵਰਗਾ ਕੌਣ ਹੈ, ਪਰ ਯਾਦ ਰੱਖਣਾ ਅਹੰਕਾਰ ਦੀ ਖੁਰਾਕ ਹੈ, ਇਹ ਸ਼ੁਭ ਕਰਮਾਂ ਨੂੰ ਖਾ ਜਾਂਦੀ ਹੈ। ਜਿਸ ਤਰ੍ਹਾਂ ਨਾਮ ਦੀ ਖੁਰਾਕ ਹੈ ਨਾ ਪਾਪ,
ਸਾਚੇ ਨਾਮ ਕੀ ਲਾਗੇ ਭੁੱਖ, ਉਤ ਭੁੱਖੇ ਖਾਏ ਚਲੀਏ ਦੁੱਖ। ਪਰਮੇਸ਼ਰ ਦੇ ਸਿਮਰਨ ਦੀ ਖੁਰਾਕ ਹੈ, ਇਹ ਪਾਪਾਂ ਨੂੰ ਖਾ ਜਾਂਦਾ। ਜਿੱਥੋਂ ਤੱਕ ਕੀਰਤਨ ਦੀ ਆਵਾਜ਼ ਚਲੀ ਜਾਂਦੀ ਹੈ, ਪਾਪਾਂ ਨੂੰ ਸਾੜੀ ਤੋਰੀ ਚਲਦੀ ਜਾਂਦੀ ਹੈ। ਇਸੇ ਤਰ੍ਹਾਂ ਅਹੰਕਾਰ ਮਨ ਵਿੱਚ ਆ ਗਿਆ, ਇਹ ਸ਼ੁਭ ਕਰਮਾਂ ਨੂੰ ਖਾ ਜਾਂਦਾ। ਮਨ ਵਿੱਚ ਅਹੰਕਾਰ ਆ ਗਿਆ ਤਪਸਵੀ ਦੇ, ਬਈ ਮੈਂ 100 ਬਰਸ ਤਪ ਕੀਤਾ, ਤਦੇ ਤਾਂ ਇਹ ਆਵਾਜ਼ਾਂ ਆ ਰਹੀਆਂ ਕਿ ਮੰਗ ਕੀ ਮੰਗਦਾ। ਤਾਂ ਕਹਿਣ ਲੱਗਾ, ਜੀ ਮੈਨੂੰ ਮੇਰੀ ਤਪੱਸਿਆ ਦਾ ਫਲ ਦਿੱਤਾ ਜਾਵੇ। ਤਾਂ ਨਿਰੰਕਾਰ ਨੇ ਆਖਿਆ ਕਿ ਤਪੱਸਿਆ ਦਾ ਫਲ ਚਾਹੀਦਾ ਜਾਂ ਬਖਸ਼ਿਸ਼ ਚਾਹੀਦੀ ਹੈ, ਸੋਚ ਲੈ। ਪਰ ਅਹੰਕਾਰ ਦਾ ਪਰਦਾ ਆ ਗਿਆ ਤੇ ਦੁਬਾਰਾ ਵੀ ਆਖਿਆ, ਮਹਾਰਾਜ ਮੈਨੂੰ ਮੇਰੀ ਤਪੱਸਿਆ ਦਾ ਹੀ ਫਲ ਦਿੱਤਾ ਜਾਵੇ। ਜਦੋਂ ਤੀਸਰੀ ਵੇਰਾ ਵੀ ਇਹੋ ਕੁਝ ਮੰਗਿਆ ਨਾ, ਤਾਂ ਜਿਸ ਸਿਲਾ ਤੇ ਬੈਠ ਕੇ ਤਪਸਵੀ ਨੇ ਤਪ ਕੀਤਾ ਸੀ ਨਾ, ਉਹ ਸਿਲਾ ਸਰੂਪ ਧਾਰਨ ਕਰਕੇ ਸਾਹਮਣੇ ਆਣ ਖੜੋਤੀ। ਹੇ ਨਿਰੰਕਾਰ, ਹੇ ਵਾਹਿਗੁਰੂ, ਕਿਉਂਕਿ ਹੁਣ ਇਹ ਹਿਸਾਬ ਕਿਤਾਬ ਵਿੱਚ ਪੈ ਗਿਆ, ਤਪਸਵੀ ਹਿਸਾਬ ਕਿਤਾਬ ਵਿੱਚ ਹੁਣ ਪੈ ਗਿਆ। ਤੇ ਹਿਸਾਬ ਤਾਂ ਕੱਖ ਦਾ ਵੀ ਹੁੰਦਾ, ਤੇ ਬਖਸ਼ੀਸ਼ ਮਾਲਕ ਲੱਖ ਦੀ ਵੀ ਕਰ ਦੇਵੇ ਨਾ, ਉਹਦਾ ਕੋਈ ਹਿਸਾਬ ਨਹੀਂ ਹੁੰਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਹੁਣ ਇਹ ਹਿਸਾਬ ਕਿਤਾਬ ਵਿੱਚ ਪੈ ਗਿਆ। ਇਸ ਨੂੰ ਕਵੋ ਪਹਿਲਾਂ ਮੇਰਾ ਹਿਸਾਬ ਚੁਕਾ ਦੇਵੇ, ਫਿਰ ਇਹਨੂੰ ਇਹਦੀ ਤਪੱਸਿਆ ਦਾ ਫਲ ਦੇ ਦਿਓ, ਕਿਉਂਕਿ 100 ਬਰਸ ਇਹ ਮੇਰੇ ਉੱਪਰ ਬੈਠਾ, ਹੁਣ 100 ਬਰਸ ਮੈਨੂੰ ਆਪਣੇ ਸਿਰ 'ਤੇ ਰੱਖ ਕੇ ਬੈਠੇ, ਪਹਿਲਾਂ ਮੇਰਾ ਹਿਸਾਬ ਚੁਕਾਵੇ, ਫਿਰ ਇਸਨੂੰ ਇਸਦੀ ਤਪੱਸਿਆ ਦਾ ਫਲ ਦੇ ਦੇਣਾ। ਜਦੋਂ ਇਹ ਸੁਣਿਆ ਤਾਂ ਫਿਰ ਤਪਸਵੀ ਦਾ ਅਹੰਕਾਰ ਦੂਰ ਹੋ ਗਿਆ, ਧਰਤੀ 'ਤੇ ਵਿਛ ਗਿਆ। ਹੇ ਨਿਰੰਕਾਰ, ਸਾਡੇ ਜਪ ਤਪ ਵੱਡੇ ਨਹੀਂ ਹਨ, ਤੇਰੀ ਬਖਸ਼ਿਸ਼ ਵੱਡੀ ਹੈ, ਤੇਰੀ ਰਹਿਮਤ ਵੱਡੀ ਹੈ। ਤਾਂ ਇਸ ਲਈ ਗੁਰੂ ਕੇ ਸਿੱਖ ਨੇ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਕਰਨਾ, ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕਰਦਿਆਂ ਹੋਇਆਂ ਵੀ ਗੁਰੂ ਅੱਗੇ ਇਹ ਅਰਦਾਸ ਕਰਨੀ ਹੈ। ਸੱਚੇ ਪਾਤਸ਼ਾਹ ਮੇਰੀ ਬਖਸ਼ ਖਤਾ ਮੈਂ ਨੀ ਮਾਣਾ, ਤੂੰ ਬੇਅੰਤ ਤੇਰਾ ਅੰਤ ਨਾ ਜਾਣਾ। ਸੱਚੇ ਪਾਤਸ਼ਾਹ ਮੇਰੀ ਬਖਸ਼ ਖਤਾ ਮੈਂ ਨੀ ਮਾਣਾ, ਤੂੰ ਬੇਅੰਤ ਤੇਰਾ ਅੰਤ ਨਾ ਜਾਣਾ, ਤੂੰ ਬੇਅੰਤ ਤੇਰਾ ਅੰਤ ਨਾ ਜਾਣਾ, ਤੂੰ ਬੇਅੰਤ ਤੇਰਾ ਅੰਤ ਨਾ ਜਾਣਾ, ਓ ਤੂੰ ਬੇਅੰਤ ਤੇਰਾ ਅੰਤ ਨਾ ਜਾਣਾ। ਵਾਹਿਗੁਰੂ ਮੇਰੀ ਬਖਸ਼ ਖਤਾ ਮੈਂ ਨੀ ਮਾਣਾ, ਤੂੰ ਬੇਅੰਤ ਤੇਰਾ ਅੰਤ ਨਾ ਜਾਣਾ। ਸੱਚੇ ਪਾਤ
ਮੈਨੂੰ ਮਾਣਾ ਤੂੰ ਬੇਅੰਤ ਤੇਰਾ ਅੰਤ ਨਾ ਜਾਣਾ ਅਨੇਕਾਂ ਪਾਪੀ ਤਰ ਗਏ ਹੇ ਨਿਰੰਕਾਰ ਕੋਈ ਗਿਣਤੀ ਹੈ ਆਕਾਸ਼ ਮੰਡਲ ਦੇ ਤਾਰਿਆਂ ਦੀ ਤਾਂ ਕੋਈ ਗਿਣਤੀ ਕਰ ਸਕੇਗਾ ਸੈਂਸਦਾਨਾਂ ਨੇ ਆਕਾਸ਼ ਮੰਡਲ ਦੇ ਤਾਰਿਆਂ ਦੀ ਗਿਣਤੀ ਕਰ ਲਈ ਹੈ ਪਰ ਹੇ ਗੁਰੂ ਨਾਨਕ ਜਿਤਨੇ ਤੁਸੀਂ ਤਾਰੇ ਹਨ ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਿਆ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ ਕਿਤਨੇ ਕੋ ਤੂੰ ਤਾਰੇ ਹਨ ਤੂੰ ਦਇਆ ਦਾ ਸਮੁੰਦਰ ਹੈ ਬਖਸ਼ਿਸ਼ਾਂ ਦਾ ਸਾਗਰ ਹੈ ਅਤੇ ਜੇ ਏਡੇ ਵੱਡੇ ਸਾਗਰ ਵਿੱਚ ਦੋ ਚਾਰ ਬੇੜੇ ਸਾਡੇ ਪਾਪਾਂ ਦੇ ਡੁੱਬ ਵੀ ਗਏ ਤਾਂ ਤੈਨੂੰ ਕੀ ਫਰਕ ਪਵੇਗਾ ਇਸ ਲਈ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਮੇਰੀ ਬਖਸ਼ ਖਤਾ ਮੈਨੀ ਮਾਣਾ ਤੂੰ ਬੇਅੰਤ ਤੇਰਾ ਅੰਤ ਨਾ ਜਾਣਾ ਸੱਚੇ ਪਾਤਸ਼ਾਹ ਮੇਰੀ ਬਖਸ਼ ਖਤਾ ਮੈਨੀ ਮਾਣਾ ਤੂੰ ਬੇਅੰਤ ਤੇਰਾ ਜਪਦੇ ਹਨ ਪਰਮੇਸ਼ਰ ਦਾ ਜਿਨ੍ਹਾਂ ਦੇ ਹਿਰਦੇ ਵਿੱਚ ਨਿਮਰਤਾ ਦਾ ਕਿਨਕਾ ਹੈ ਉਹ ਗੁਰੂ ਕੇ ਦਾਰ ਉਹ ਆਪਣੇ ਜਪਾਂ ਤਪਾਂ ਦਾ ਇਵਜ਼ਾਨਾ ਨਹੀਂ ਮੰਗਦੇ ਗੁਰੂ ਕੋਲੋਂ ਇੱਕ ਪਿਆਰ ਵਾਲੇ ਸੱਜਣ ਵੇਖ ਰਹੇ ਹਨ ਕਿ ਸੰਸਾਰ ਦੇ ਲੋਕ ਆਪਣੇ ਪਰਮੇਸ਼ਵਰ ਨੂੰ ਈਸ਼ਵਰ ਨੂੰ ਵਾਹਿਗੁਰੂ ਨੂੰ ਕੀ ਵਸਤੂਆਂ ਭੇਟਾ ਚੜਾ ਰਹੇ ਹਨ ਕੋਈ ਮਾਇਆ ਦੀ ਭੇਟ ਕਰ ਰਿਹਾ ਕੋਈ ਸੋਨਾ ਭੇਟ ਕਰ ਰਿਹਾ ਕੋਈ ਪਦਾਰਥ ਭੇਟ ਕਰ ਰਿਹਾ ਕੋਈ ਕੁਝ ਕਰ ਰਿਹਾ ਪਰ ਇਸ 'ਤੇ ਨੈਣ ਕਟੋਰੇ ਭਰ ਆਏ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਕੀਤੀ ਇਸ ਗੁਰਮੁਖ ਨੇ ਆਖਿਆ ਹੈ ਨਿਰੰਕਾਰ ਇਹ ਜੋ ਕੁਝ ਲੋਕਾਂ ਨੇ ਤੈਨੂੰ ਦਿੱਤਾ ਇਹ ਤੇਰੇ ਦਿੱਤੇ ਹੋਏ ਵਿੱਚੋਂ ਦਿੱਤਾ ਤੂੰ ਬਖਸ਼ਿਆ ਝੋਲੀਆਂ ਭਰੀਆਂ ਹਨ ਉਹਦੇ ਵਿੱਚੋਂ ਇਹ ਤੈਨੂੰ ਭੇਟਾ ਕਰ ਰਹੇ ਹਨ ਪਰ ਜੋ ਮੈਂ ਤੈਨੂੰ ਭੇਟ ਕਰਨ ਲਈ ਆਇਆ ਨਾ ਉਹ ਮੇਰਾ ਆਪਣਾ ਹੈ ਉਹ ਕਿਸੇ ਦਾ ਨਹੀਂ ਹੈ ਉਹ ਹਨ ਮੇਰੇ ਬੀਜੇ ਹੋਏ ਪਾਪ ਉਹ ਹਨ ਮੇਰੇ ਕੀਤੇ ਹੋਏ ਗੁਨਾਹ ਜੋ ਮੈਂ ਤੇਰੀ ਭੇਟ ਕਰਨ ਆਇਆ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਮੇਰੀ ਬਖਸ਼ ਖਤਾ ਮੈਨੀ ਮਾਣਾ ਤੂੰ ਬੇਅੰਤ ਤੇਰਾ ਅੰਤ ਨਾ ਜਾਣਾ ਸੱਚੇ ਪਾਤਸ਼ਾਹ ਮੇਰੀ ਬਖਸ਼ ਖਤਾ ਮੈਨੀ ਮਾਣਾ ਤੂੰ ਬੇ
ਅੰਤ ਤੇਰਾ ਅੰਤ ਨਾ ਜਾਣਾ। ਦੀਨ ਛੋਟ ਦੁਨੀ ਸੰਗ ਲਾਗਾ, ਤੇਰਾ ਨਾਮ ਨਾ ਜਪਿਆ ਮੈਂ ਅਭਾਗਾ। ਦੀਨ ਛੋਟ ਦੁਨੀ ਸੰਗ ਲਾਗਾ, ਤੇਰਾ ਨਾਮ ਨਾ ਜਪਿਆ ਮੈਂ ਅਭਾਗਾ। ਦੀਨ ਛੋਟ ਦੁਨੀ ਸੰਗ ਲਾਗਾ, ਤੇਰਾ ਨਾਮ ਨਾ ਜਪਿਆ ਮੈਂ ਅਭਾਗਾ। ਦੀਨ ਛੋਟ ਦੁਨੀ ਸੰਗ ਲਾਗਾ, ਤੇਰਾ ਨਾਮ ਨਾ ਜਪਿਆ ਮੈਂ ਅਭਾਗਾ। ਕੋਈ ਗੁਣ ਨਾ ਪੱਲੇ, ਨਰਕ ਨਾ ਮੈਨੂੰ ਜਲੇ, ਪਾਪ ਕਮਾਣਾ ਸੱਚੇ ਪਾਤ ਸਾ ਮੇਰੀ ਬਖਸ਼ਤਾ ਮੈਨੂੰ ਮਾਣਾ। ਤੂੰ ਬੇਅੰਤ ਤੇਰਾ ਅੰਤ ਨਾ ਜਾਣਾ। ਦੁਆਪਰ ਯੁਗ ਦੇ ਮਾਂਡਵ ਰਿਖੀ ਹੋਏ ਹਨ, ਛੋਲੀ ਦੀ ਸਜ਼ਾ ਮਿਲੀ ਇਹਨਾਂ ਨੂੰ। ਕੋਈ ਚੋਰ ਚੋਰੀ ਕਰਨ ਜਾ ਰਹੇ ਸਨ ਤੇ ਮੰਨਤ ਮੰਨੀ ਭਾਈ ਚੰਗਾ ਮਾਲ ਹੱਥ ਲੱਗ ਜਾਵੇ ਤਾਂ ਅੱਧਾ ਇਸ ਸਾਧੂ ਨੂੰ ਮੱਥਾ ਟੇਕ ਦੇਵਾਂਗੇ। ਚੰਗਾ ਮਾਲ ਹੱਥ ਲੱਗ ਗਿਆ, ਜੋ ਹਿੱਸਾ ਬਣਦਾ ਸੀ ਉਸ ਤਪਸਵੀ ਦੇ ਕੋਲ ਢੇਰੀ ਕਰ ਗਏ ਤੇ ਖੋਜੀਆਂ ਨੇ ਆ ਕੇ ਖੋਜ ਕੱਢਿਆ, ਤਪਸਵੀ ਨੂੰ ਪਕੜ ਲਿਆ, ਮਾਲ ਵੀ ਪਕੜ ਲਿਆ ਤੇ ਰਾਜੇ ਨੇ ਨਾ ਸੋਚਿਆ ਨਾ ਸਮਝਿਆ ਨਾ ਪੁੱਛਿਆ, ਕਹਿਣ ਲੱਗਾ ਇਹਨਾਂ ਨੂੰ ਸੂਲੀ ਦੀ ਸਜ਼ਾ ਦੇ ਦਿਓ। ਹੁਣ ਮਾਂਡਵ ਰਿਖੀ ਜੀ ਜੋ ਸਾਸ ਗ੍ਰਾਸ ਸਿਮਰਨ ਕਰਨ ਵਾਲੇ ਸਨ ਵੇਖ ਰਹੇ ਹਨ ਬਈ ਇਹ ਕਿਹੜੇ ਪਾਪ ਦਾ ਫਲ ਮਿਲ ਰਿਹਾ ਹੈ। ਇਸ ਜਨਮ ਵਿੱਚ ਤਾਂ ਕਿਸੇ ਦਾ ਦਿਲ ਨਹੀਂ ਦੁਖਾਇਆ, ਪਾਪ ਨਹੀਂ ਕੀਤਾ, ਉਦੋਂ ਪਿਛਲਾ ਜਨਮ ਵੇਖਿਆ, ਸੌ ਜਨਮ ਤੱਕ ਆਪਣਾ ਵੇਖਦੇ ਗਏ ਬਈ ਕਿਹੜੇ ਜਨਮ ਦਾ ਪਾਪ ਸਾਹਮਣੇ ਆ ਗਿਆ। ਕੋਈ ਪਾਪ ਨਹੀਂ ਕੀਤਾ, ਹੇ ਨਿਰੰਕਾਰ ਤੇਰੇ ਘਰ ਵੀ ਅਨਿਆਏ ਹੈ, ਮੈਂ ਤਾਂ ਕੋਈ ਪਾਪ ਹੀ ਨਹੀਂ ਕੀਤਾ, ਫਿਰ ਸੂਲੀ ਦੀ ਸਜ਼ਾ। ਤਾਂ ਨਿਰੰਕਾਰ ਨੇ ਆਖਿਆ ਰਿਖੀ ਇੱਕ ਸੌ ਇੱਕਵਾਂ ਜਨਮ ਵੇਖ, ਤੈਨੂੰ ਆਪੇ ਹੀ ਪਤਾ ਲੱਗ ਜਾਏਗਾ। ਇੱਕ ਸੌ ਇੱਕਵਾਂ ਜਨਮ ਜਦੋਂ ਰਿਖੀ ਨੇ ਵੇਖਿਆ ਕੀ ਤੱਕਿਆ, ਪੰਜ ਸਾਲ ਦਾ ਬਾਰਕ ਹੈ ਤੇ ਅੱਕ ਤਿੱਡੇ ਨੂੰ ਕਿੱਕਰ ਦੀ ਸੂਲ ਦੇ ਵਿੱਚ ਪਰੋ ਕੇ ਖੇਡ ਰਿਹਾ। ਅੱਕ ਤਿੱਡਾ ਹੁੰਦਾ ਉਹਨੂੰ ਪਰੋ ਕੇ ਤੇ ਖੇਡ ਰਿਹਾ, ਉਹਦੀ ਜਾਨ ਨਿਕਲ ਰਹੀ ਹੈ, ਉਹਦੀ ਖੇਡ ਹੋ ਰਹੀ ਹੈ। ਆਖਿਆ ਇਹ ਉਹ ਪਾਪ ਅੱਜ ਤੇਰੇ ਸਾਹਮਣੇ ਆ ਗਿਆ, ਇਸ ਲਈ ਹਜ਼ੂਰ ਕਹਿੰਦੇ ਹਨ ਭਾਈ ਜਿਹੜੇ ਤੈਂ ਪਾਪ ਨਹੀਂ ਵੀ ਕੀਤੇ ਨਾ ਉਹਨਾਂ ਦੀ ਵੀ ਗੁਰੂ ਦੇ ਚਰਨਾਂ ਵਿੱਚ ਆ ਕੇ ਮਾਫੀ ਮੰਗਿਆ ਕਰ, ਕਿਉਂਕਿ ਗੁਰੂ ਦਾ ਦਰ ਬੜਾ ਬਖਸ਼ਿੰਦ ਦਰ ਹੈ। ਇਸ ਲਈ
ਅਸੀਂ ਸਦਾ ਅਰਦਾਸ ਕਰਨੀ ਹੈ ਗੁਰੂ ਦੇ ਚਰਨਾਂ ਵਿੱਚ। ਤੁਸੀਂ ਬਖਸ਼ ਲੈ ਹੋ ਮਹਾਰਾਜ, ਔਗਣ ਮੇਰੇ ਚਿੱਤ ਨਾ ਧਰੋ। ਤੁਸੀਂ ਬਖਸ਼ ਲੈ ਹੋ ਮਹਾਰਾਜ, ਔਗਣ ਮੇਰੇ ਚਿੱਤ ਨਾ ਧਰੋ। ਜੀ ਬਖਸ਼ ਲੈ ਹੋ ਮਹਾਰਾਜ, ਔਗਣ ਮੇਰੇ ਚਿੱਤ ਨਾ ਧਰੋ। ਤੁਸੀਂ ਬਖਸ਼ ਲੈ ਹੋ ਮਹਾਰਾਜ, ਔਗਣ ਮੇਰੇ ਚਿੱਤ ਨਾ ਧਰੋ। ਔਗਣ ਮੇਰੇ ਚਿੱਤ ਨਾ ਧਰੋ, ਔਗਣ ਮੇਰੇ ਚਿੱਤ ਨਾ ਧਰੋ। ਔਗਣ ਮੇਰੇ ਚਿੱਤ ਨਾ ਧਰੋ, ਔਗਣ ਮੇਰੇ ਚਿੱਤ ਨਾ ਧਰੋ। ਔਗਣ ਮੇਰੇ ਚਿੱਤ ਨਾ ਧਰੋ, ਔਗਣ ਮੇਰੇ ਚਿੱਤ ਨਾ ਧਰੋ। ਔਗਣ ਮੇਰੇ ਚਿੱਤ ਨਾ ਧਰੋ, ਔਗਣ ਮੇਰੇ ਚਿੱਤ ਨਾ ਧਰੋ। ਔਗਣ ਮੇਰੇ ਚਿੱਤ ਨਾ ਧਰੋ, ਔਗਣ ਮੇਰੇ ਚਿੱਤ ਨਾ ਧਰੋ। ਔਗਣ ਮੇਰੇ ਚਿੱਤ ਨਾ ਧਰੋ, ਔਗਣ ਮੇਰੇ ਚਿੱਤ ਨਾ ਧਰੋ। ਤੁਸੀਂ ਬਖਸ਼ ਲੈ ਹੋ ਮਹਾਰਾਜ, ਔਗਣ ਮੇਰੇ ਚਿੱਤ ਨਾ ਧਰੋ। ਤੁਸੀਂ ਬਖਸ਼ ਲੈ ਹੋ ਮਹਾਰਾਜ, ਔਗਣ ਮੇਰੇ ਚਿੱਤ ਨਾ ਧਰੋ। ਤੁਸੀਂ ਬਖਸ਼ ਲੈ ਹੋ ਮਹਾਰਾਜ, ਔਗਣ ਮੇਰੇ ਚਿੱਤ ਨਾ ਧਰੋ। ਤੁਸੀਂ ਬਖਸ਼ ਲੈ ਹੋ ਮਹਾਰਾਜ, ਔਗਣ ਮੇਰੇ ਚਿੱਤ ਨਾ ਧਰੋ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, 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 ਵਾਹਿਗੁਰੂ। ਤੁਸੀਂ ਬਖਸ਼ ਲੈ ਹੋ।